ਐਕਚੁਅਲੀ ਉਸੇ ਬੈਂਕ ਦੇ ਸਾਹਮਣੇ ਸ਼ੀਸ਼ੇ ਭੰਨਦੇ ਗੱਡੀਆਂ ਗਏ ਨੇ। ਇਕੱਲੇ ਬੰਦੇ ਨੇ ਹੀ ਕਈ ਗੱਡੀਆਂ ਦੇ ਸ਼ੀਸ਼ੇ ਭੰਨ ਦਿੱਤੇ। ਜੋ ਵੀ ਗੱਡੀ ਉਸ ਦੇ ਸਾਹਮਣੇ ਆਈ ਉਸ ਨੇ ਪੱਥਰ ਦੇ ਨਾਲ ਉਸ ਦੇ ਸ਼ੀਸ਼ੇ ਭੰਨ ਦਿੱਤੇ। ਕੀ ਮਾਰੂਤੀ ਕਾਰ, ਕੀ ਮਰਸੀਡੀਜ਼ ਅਤੇ ਇੱਕ ਵਿਅਕਤੀ ਤੇ ਵੀ ਹਮਲਾ ਕਰ ਦਿੱਤਾ। ਲੋਕ ਜਾਨਾਂ ਬਚਾ ਕੇ ਇਸ ਸ਼ਖਸ ਦੇ ਮੂਹਰੇ ਮੂਹਰੇ ਭੱਜਦੇ ਨਜ਼ਰ ਆਏ। ਤਸਵੀਰਾਂ ਤੁਸੀਂ ਦੇਖ ਰਹੇ ਹੋ ਚੰਡੀਗੜ੍ਹ ਦੇ ਨੇੜਲੇ ਮੁੱਲਾਪੁਰ ਤੋਂ ਸਾਹਮਣੇ ਆਈਆਂ ਨੇ, ਜਿੱਥੇ HDFC ਬੈਂਕ ਦੇ ਬਾਹਰ ਇੱਕ ਸ਼ਖਸ ਦੇ ਵੱਲੋਂ ਜ਼ਬਰਦਸਤ ਹੰਗਾਮਾ ਕੀਤਾ ਗਿਆ। ਗੱਡੀਆਂ ਦੇ ਸ਼ੀਸ਼ੇ ਭੰਨ ਦਿੱਤੇ ਗਏ ਤੇ ਨਾਲ ਹੀ ਲੋਕਾਂ ਤੇ ਹਮਲਾ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ ਕਾਫੀ ਮਸ਼ਕਤ ਤੋਂ ਬਾਅਦ ਇਸ ਨੂੰ ਕਾਬੂ ਕੀਤਾ ਗਿਆ ਤੇ ਬਾਅਦ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਇਹ ਦਿਮਾਗੀ ਤੌਰ ਤੇ ਪਰੇਸ਼ਾਨ ਸੀ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਚੰਡੀਗੜ੍ਹ ਦਾ ਇਹ ਮੁੱਲਾਪੁਰ ਜਿੱਥੇ ਇਸ ਸ਼ਖਸ ਦੇ ਵੱਲੋਂ ਜ਼ੋਰਦਾਰ ਹੰਗਾਮਾ ਕੀਤਾ ਗਿਆ, ਹੱਥ ਦੇ ਵਿੱਚ ਇੱਟਾਂ ਪੱਥਰ ਫੜ ਕੇ ਮਾਰਕੀਟ ਦੇ ਵਿੱਚ ਖੜੀਆਂ ਗੱਡੀਆਂ ਦੇ ਸ਼ੀਸ਼ੇ ਭੰਨ ਦਿੱਤੇ। ਮਰਸੀਡੀਜ਼ ਗੱਡੀ ਨੂੰ ਵੀ ਨਿਸ਼ਾਨਾ ਬਣਾਇਆ ਤੇ ਜੋ ਵੀ ਲੋਕ ਦਿਖੇ ਉਹਨਾਂ ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਕਈ ਲੋਕ ਜ਼ਖਮੀ ਵੀ ਹੋਏ ਨੇ ਤੇ ਕਈ ਲੋਕ ਭੱਜਦੇ ਨਜ਼ਰ ਆਏ। ਹਾਲਾਂਕਿ ਕਾਫੀ ਮਸ਼ਕਤ ਤੋਂ ਬਾਅਦ ਇਸ ਨੂੰ ਕਾਬੂ ਕੀਤਾ ਗਿਆ। ਬਾਅਦ ਦੇ ਵਿੱਚ ਪਤਾ ਲੱਗਿਆ ਕਿ ਇਹ ਮੈਂਟਲੀ ਡਿਸਟਰਬ ਹੈ ਅਤੇ ਸਿਸਵਾਂ ਦਾ ਰਹਿਣ ਵਾਲਾ ਹੈ। ਜਿਸ ਤੋਂ ਬਾਅਦ ਇਸ ਦੇ ਪਰਿਵਾਰਿਕ ਮੈਂਬਰਾਂ ਨੂੰ ਵੀ ਸੂਚਿਤ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਇਸਦਾ ਦਿਮਾਗੀ ਸੰਤੁਲਨ ਠੀਕ ਨਹੀਂ ਹੈ ਤੇ ਇਸਦੀ ਦਵਾਈ ਚੱਲ ਰਹੀ ਹੈ, ਪਰ ਇਸਨੇ ਕਾਫੀ ਉਤਪਾਤ ਮਚਾਇਆ ਅਤੇ ਕਈ ਗੱਡੀਆਂ ਦੇ ਸ਼ੀਸ਼ੇ ਭੰਨ ਦਿੱਤੇ। ਬਾਅਦ ਦੇ ਵਿੱਚ ਪੁਲਿਸ ਨੂੰ ਬੁਲਾਇਆ ਗਿਆ ਤੇ ਪੁਲਿਸ ਦੇ ਹਵਾਲੇ ਕੀਤਾ ਗਿਆ ਤੇ ਦੂਜੇ ਪਾਸੇ ਪਰਿਵਾਰ ਵੀ ਮੌਕੇ ਤੇ ਪਹੁੰਚਿਆ ਤਾਂ ਪਰਿਵਾਰ ਨੇ ਦੱਸਿਆ ਕਿ ਦਿਮਾਗੀ ਤੌਰ ਤੇ ਪਰੇਸ਼ਾਨ ਹੈ ਤੇ ਫਿਰ ਪਰਿਵਾਰ ਇਸ ਸ਼ਖਸ ਨੂੰ ਆਪਣੇ ਨਾਲ ਲੈ ਗਿਆ ਤੇ ਜਿਨ੍ਹਾਂ ਲੋਕਾਂ ਦੀਆਂ ਗੱਡੀਆਂ ਦੇ ਸ਼ੀਸ਼ੇ ਭੰਨੇ ਉਹਨਾਂ ਦਾ ਕਾਫੀ ਵਿੱਤੀ ਨੁਕਸਾਨ ਹੋਇਆ ਹੈ। ਪੂਰੀ ਵੀਡੀਓ ਤੁਹਾਨੂੰ ਦਿਖਾਉਂਦੇ ਹਾਂ ਕਿਸ ਢੰਗ ਦੇ ਨਾਲ ਇਸ ਨੇ ਇਹ ਹੰਗਾਮਾ ਕੀਤਾ, ਗੱਡੀਆਂ ਦੇ ਸ਼ੀਸ਼ੇ ਭੰਨੇ ਤੇ ਕਿਵੇਂ ਲੋਕ ਭੱਜਦੇ ਦੇਖੇ ਤੇ ਬਾਅਦ ਦੇ ਵਿੱਚ ਇਸ ਨੂੰ ਕਾਬੂ ਕੀਤਾ ਗਿਆ। ਸਿਰ ਪਾੜ ਦੇ ਗਲਾਸ ਮਾਰੇ ਪੱਥਰ ਚੱਕੇ ਹੋਏ ਸ਼ੀਸ਼ੇ ਭੰਨਤੇ ਗੱਡੀਆਂ ਦੇ। ਮੇਰਾ ਸਾਲਾ ਲੱਗਦਾ ਜੀ, ਬੜਾ ਸਾਲਾ। ਨਹੀਂ, ਮੈਂਟਲੀ ਅਪਸੈਟ ਹੈ ਸਰ। ਹਾਂਜੀ ਹਾਂਜੀ। ਪਹਿਲਾਂ ਨਹੀਂ ਕਰਦਾ, ਹੁਣ ਇੱਕ ਮਹੀਨੇ ਤੋਂ ਕਰਨ ਲੱਗਿਆ ਜੀ। ਅੱਜ ਇੱਕ ਮਹੀਨੇ ਤੋਂ ਕਰਦਾ, ਦਵਾਈ ਚੱਲਦੀ ਹੈ ਜੀ। ਹੁਣ ਜੋ ਨੁਕਸਾਨ ਹੋਇਆ ਉਹ ਕੌਣ ਭਰੇਗਾ? ਹੁਣ ਭਰੂਗਾ ਇਹ ਤਾਂ ਭਾਈ ਹੈਗੇ ਬਾਬਾ ਜੀ, ਸਿਸਮਾ ਵਾਲੇ ਉਹ ਹੋਣਗੇ ਜਿਹੜੇ ਡੇਰਾ ਖੋਲੇ। ਹਾਂਜੀ ਹਾਂਜੀ। ਉਹਨਾਂ ਦੀ ਭਰਾ? ਹਾਂਜੀ ਹਾਂਜੀ। ਪਤਾ ਨਹੀਂ, ਮੈਂ ਤਾਂ ਅੰਦਰ ਸੀ ਵੀਰੇ, ਬਾਹਰੋਂ ਇੱਧਰੋਂ ਆਇਆ, ਮੈਨੂੰ ਤਾਂ ਬਾਹਰੋਂ ਲੋਕਾਂ ਨੇ ਦੱਸਿਆ ਕਿ ਗੱਡੀ ਭੰਨਤੀ ਤੁਹਾਡੀ। ਮੈਂ ਕਿਹਾ ਸ਼ਾਇਦ ਕਿਸੇ ਨੇ ਗੱਡੀ ਮਾਰਤੀ ਵਿੱਚ, ਬਾਅਦ 'ਚ ਪਤਾ ਲੱਗਿਆ ਕਿ ਉਦੋਂ ਤੱਕ ਤਾਂ ਨਿਕਲ ਗਿਆ ਸੀ ਅੱਗੇ ਕਾਫੀ। ਬੰਦਾ ਪਤਾ ਲੱਗਿਆ ਕਿੱਥੇ ਦਾ? ਪਤਾ ਨਹੀਂ, ਕੋਈ ਕਹਿ ਰਹੇ ਇੱਥੇ ਅੱਗੇ ਸਿਸਵਾਂ ਸੁਸਵਾਂ ਦਾ ਕਿਸੇ ਪਾਸੇ ਦਾ ਹੈਗਾ, ਕਿਉਂਕਿ ਉੱਥੇ ਅੱਗੇ ਵੀ ਕੋਈ ਗੱਡੀ ਭੰਨੀ ਇਹਨੇ ਜਾ ਕੇ ਨਾ। ਕਿੰਨਾ ਨੁਕਸਾਨ ਹੋ ਗਿਆ ਸਰ? ਸਰ ਹੁਣ ਇਹ ਮਰਸੀਡੀ ਦਾ ਸ਼ੀਸ਼ਾ ਦੇਖ ਲਓ ਤੁਸੀਂ, ਕਿੰਨੇ ਹਜ਼ਾਰ ਨੇ ਵੀ, ਘੱਟੋ ਘੱਟ ਲੱਖ ਰੁਪਏ ਨੁਕਸਾਨ ਕੀਤਾ। ਪੁਲਿਸ ਦੇਖੋ ਇਹਨੂੰ, ਅੱਜ ਤਾਂ ਪਹਿਲਾਂ ਸੱਟਾਂ ਸੁੱਟਾਂ ਲੱਗੀਆਂ ਸੀ ਇਹਦੇ, ਅਸੀਂ ਕਿਹਾ ਪਹਿਲਾਂ ਇਹਨੂੰ ਵਿਚਾਰੇ ਨੂੰ ਪੱਟੀ ਪੁੱਟੀ ਕਰਾਓ ਇਹਦੀ, ਤਾਂ ਹੀ ਪਤਾ ਲੱਗੂਗਾ ਨਾ, ਅਤੇ ਮੁੜ ਕੇ ਫਿਰ ਦੇਖਾਂਗੇ ਕੀ ਕਰਦੀ ਪੁਲਿਸ ਕਾਰਵਾਈ।